ਅਦਾਲਤ ਦੇ ਹੁਕਮਾਂ ਤੋਂ ਬਾਅਦ ਘਿਰੇ ਸਿਮਰਨਜੀਤ ਸਿੰਘ ਬੈਂਸ। ਅਕਾਲੀ ਦਲ ਨੇ ਚੁੱਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ। ਹਾਲੇ ਦੀ ਹਾਈਕੋਰਟ ਜਾਣਗੇ ਪੀੜਤ ਮਹਿਲਾ ਅਤੇ ਅਕਾਲੀ ਨੇਤਾ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਪ੍ਰਧਾਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਵਿਧਾਇਕ ਬੈਂਸ ਦਾ ਰਾਜਨੀਤਿਕ ਜੀਵਨ ਭਾਵੇਂ ਸ਼ੁਰੂ ਤੋਂ ਹੀ ਵਿਵਾਦਾਂ ਭਰਿਆ ਰਿਹਾ, ਪਰੰਤੂ ਇਸ ਵਾਰ ਦੋਸ਼ ਬੇਹੱਦ ਗੰਭੀਰ ਹਨ। ਅਦਾਲਤ ਵੱਲੋਂ ਦਿੱਤੇ ਆਦੇਸ਼ ਦੇ ਬਾਅਦ ਵੀ ਅਪਰਾਧਿਕ ਮਾਮਲਾ ਹਾਲੇ ਤੱਕ ਦਰਜ ਨਹੀਂ ਹੋਇਆ ਤਾਂ ਪੁਲਿਸ ਦੇ ਸਵਾਲ ਵੀ ਖੜੇ ਹੋ ਰਹੇ ਹਨ। ਇਹੀ ਨਹੀਂ, ਵਿਰੋਧੀ ਦਲ ਬੈਂਸ ਦੇ ਅਸਤੀਫੇ ਦੀ ਮੰਗ ਵੀ ਕਰਨ ਲੱਗੇ ਹਨ, ਜਦੋਂ ਕਿ ਉਹਨਾਂ ਦੇ ਹਮਾਇਤੀ ਹਾਲੇ ਵੀ ਇਸ ਨੂੰ ਸਿਰਫ ਸਾਜ਼ਿਸ਼ ਇਕਰਾਰ ਦੇ ਰਹੇ ਹਨ। ਦੱਸ ਦੇਣਾ ਬਣਦਾ ਹੈ ਕਿ ਵਿਧਾਇਕ ਬੈਂਸ ਦੇ ਖਿਲਾਫ ਉਸਦੇ ਹੀ ਏਰੀਏ ਦੀ ਇੱਕ ਔਰਤ ਨੇ ਬਲਾਤਕਾਰ ਵਰਗੇ ਸੰਗੀਨ ਦੋਸ਼ ਲਗਾਏ ਹਨ। ਉਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰੰਤੂ ਕਾਰਵਾਈ ਨਾ ਹੋਣ ਤੇ ਉਸਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਉਹ ਪਿਛਲੇ 5 ਮਹੀਨੇ ਤੋਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੀ ਹੈ ਅਤੇ ਉਸਦਾ ਸਮਰਥਨ ਸਾਬਕਾ DSP ਬਲਵਿੰਦਰ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਨੇਤਾ ਹਰੀਸ਼ ਰਾਏ ਟਾਂਡਾ ਤੇ ਗੁਰਦੀਪ ਗੋਸ਼ਾ ਦਾ ਸਮਰਥਨ ਮਿਲ ਰਿਹਾ ਹੈ, ਜਦੋਂ ਅਦਾਲਤ ਨੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਹਰੀਸ਼ ਰਾਏ ਟਾਂਡਾ ਦਾ ਕਹਿਣਾ ਹੈ ਕਿ ਪੁਲਿਸ ਹਾਲੇ ਵੀ ਰਾਜਨੀਤੀਵਾਨਾਂ ਦੇ ਦਬਾਅ ਹੇਠ ਹਨ। ਪਹਿਲਾਂ ਦਾ ਮਾਮਲਾ ਦਰਜ ਕਰਵਾਉਣ ਲਈ ਤੇ ਬਾਅਦ ਵਿੱਚ ਚਲਾਣ ਪੇਸ਼ ਕਰਨ ਲਈ ਉਹ ਹਾਈਕੋਰਟ ਜਾਣਗੇ। ਅੜੀਅਲ ਪੁਲਿਸ ਹੈ ਨਾ, ਅੜੀਅਲ ਕਾਹਦਾ ਕਵਾਂ ਵਿਚਾਰਿਆਂ ਨੂੰ, ਇਹ ਮਜਬੂਰ ਹੈ, ਇਹ ਸਿਆਸੀ ਪ੍ਰੈਸ਼ਰ ਨੀਚੇ ਹੈ, ਇਹਨਾਂ ਨੂੰ ਹਲੇ ਹੁਕਮ ਨਹੀਂ ਆਇਆ ਇਹਨਾਂ ਦੇ ਆਕਾ ਦਾ ਕੇਸ ਰਜਿਸਟਰ ਕਰਨ ਲਈ। ਉਹੀ ਆਕਾ ਜਿਹੜੇ ਆ ਪਿੱਛੇ ਮਾਡਲ ਗ੍ਰਾਮ 'ਚ ਬੈਠੇ ਹੈ, ਜਿਹੜੇ ਉਹਨਾਂ ਨੂੰ ਪਨਾਹ ਦਿੰਦੇ ਹੈ, ਉਹੀ ਆਕਾ ਜਿਹੜੇ ਆਪਣੇ ਆਪ ਨੂੰ ਧਰਮਾਤਮਾ ਦੱਸਦੇ ਹੈ, ਇਹ ਆਖਰ ਪੁਲਿਸ ਨੂੰ ਕਰਨਾ ਪਿਆ। ਕੇਸ ਰਜਿਸਟਰ ਕਰਾਉਣ ਲਈ 8 ਮਹੀਨੇ ਲੱਗ ਗਏ ਅਤੇ ਹੁਣ ਮੇਰੀ ਵਿਸ਼ਵਾਸ ਹੈ ਕਿ ਇਹ ਤੇਜ਼ੀ ਆਊਗੀ। ਹੁਣ ਅਸੀਂ ਹਾਈਕੋਰਟ ਦਾ ਕੁੰਡਾ ਖੜਕਾਵਾਂਗੇ ਤਾਂ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੇ ਅਤੇ ਸਮੇਂਬੱਧ ਸਮੇਂ ਦੇ ਵਿੱਚ ਚਲਾਨ ਕੋਰਟ 'ਚ ਦਿੱਤਾ ਜਾਵੇ। ਉਮੀਦ ਹੈ ਕਿ ਕੋਰਟ ਸਾਨੂੰ ਇਹੋ ਜਿਹਾ ਆਰਡਰ ਸਾਡੇ ਹੱਕ 'ਚ ਹੋਣ ਦੀ ਸੰਭਾਵਨਾ। ਪੀੜਤਾ ਦਾ ਕਹਿਣਾ ਹੈ ਕਿ ਜੇਕਰ FIR ਦਰਜ ਹੋ ਜਾਂਦੀ ਹੈ ਤਾਂ ਉਹ ਧਰਨਾ ਚੁੱਕ ਦੇਵੇਗੀ, ਪਰੰਤੂ ਬੈਂਸ ਨੂੰ ਘਰੋਂ ਫੜ ਕੇ ਗ੍ਰਿਫਤਾਰ ਕਰਵਾਏਗੀ। ਪੁਲਿਸ ਨੇ ਕੁਛ ਨਹੀਂ ਕੀਤਾ, ਪੁਲਿਸ ਦੀ ਕਾਰਗੁਜ਼ਾਰੀ ਸ਼ੱਕੀ ਰਹੀ ਆ, ਔਰ ਅਦਾਲਤ ਨੇ ਹੁਕਮ ਕੀਤਾ ਤਾਂ ਹੁਣ FIR ਮਸਟ ਆ, ਇਹਨਾਂ ਨੂੰ ਨੰਬਰ ਲਾਂਚ ਕਰਨਾ ਪੈਣਾ। ਥੋੜ੍ਹੀ ਦੇਰ ਤੱਕ ਕਰ ਦੇਣਗੇ, ਜ਼ਰੂਰ ਕਰਨਗੇ। ਸਰ, ਚਲਾਨ ਦੇ ਲਈ ਸਾਡੇ ਕੋਲ ਬਹੁਤ ਸਾਰੇ ਐਵੀਡੈਂਸ ਹੈਗੇ ਨੇ, ਚਲਾਨ 'ਚ ਵੀ ਨਹੀਂ ਬਚ ਸਕਦਾ ਇਹ, ਜਿੱਥੇ ਮਰਜ਼ੀ ਭੱਜ ਲਏ ਹੁਣ ਨਹੀਂ ਬਚ ਸਕਦਾ। ਜਿਹਨੇ ਪਾਪ ਕੀਤਾ ਉਹਨੂੰ ਸਜ਼ਾ ਮਿਲਣੀ, ਬਿਲਕੁਲ ਸਰ। ਹਾਈਕੋਰਟ ਤੋਂ ਸਪੈਸ਼ਲ ਸਿੱਟ ਕਰਾਵਾਂਗੇ, ਆਪਾਂ ਸਿੱਟ ਮੈਂਬਰ ਬਿਠਾਵਾਂਗੇ ਅਤੇ ਉਹ ਜਲਦੀ ਤੋਂ ਜਲਦੀ ਚਲਾਨ ਪੇਸ਼ ਕਰਵਾਉਣਗੇ। ਮੈਨੂੰ FIR ਨੰਬਰ ਲਾਂਚ ਹੋ ਜਾਵੇ, ਮੈਨੂੰ FIR ਨੰਬਰ ਮਿਲ ਜਾਵੇ, ਫਿਰ ਮੈਂ ਧਰਨਾ ਸਮਾਪਤ ਕਰ ਦੂੰਗੀ। ਫਿਰ ਅਰੈਸਟ ਨਹੀਂ ਕਰਨਗੇ, ਫਿਰ ਇਹਨੂੰ ਘਰੋਂ ਫੜ ਕੇ ਲਿਆਉਂਗੇ ਦੀ ਗਰਦਨ ਤੋਂ। ਅਦਾਲਤੀ ਹੁਕਮ ਤੋਂ ਬਾਅਦ ਵਿਰੋਧੀਆਂ ਦਾ ਉਹਨਾਂ ਨੂੰ ਘੇਰਨਾ ਲਾਜ਼ਮੀ ਸੀ ਅਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ। ਕਵਲਜੀਤ ਸਿੰਘ ਕੜਵਲ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਵੀ ਦਬਾਅ ਹੇਠ ਨਹੀਂ ਹੈ, ਅਦਾਲਤ ਦਾ ਹੁਕਮ ਹੋਇਆ ਤਾਂ ਮਾਮਲਾ ਦਰਜ ਹੋਣਾ ਤੈਅ, ਜਿਸਨੇ ਜੋ ਕੀਤਾ ਉਸਦਾ ਨਤੀਜਾ ਉਸਨੂੰ ਭੁਗਤਣਾ ਹੀ ਪਏਗਾ। ਸੋ ਦੇਖੋ, ਇਹਦੇ 'ਤੇ ਜਿਹੜਾ ਹੁਣ ਕੋਰਟ ਦੇ ਆਦੇਸ਼ਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਹੋਣੀ ਆ, ਇਹਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਵਾਲੀ ਮੈਨੂੰ ਲੱਗਦਾ ਕੋਈ ਗੱਲ ਨਹੀਂ ਹੈਗੀ ਵੀ ਇਹਦੇ 'ਤੇ ਕਾਂਗਰਸ ਪਾਰਟੀ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਧੱਕਾ ਕੀਤਾ ਗਿਆ। ਜੋ ਕੋਰਟ ਨੂੰ ਚੰਗਾ ਲੱਗਿਆ ਉਹਦੇ ਮੁਤਾਬਕ ਕੋਰਟ ਨੇ ਜੋ ਕੀਤਾ ਉਹ ਸਹੀ ਹੀ ਹੋਊਗਾ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਲੱਗਦੀ ਨਹੀਂ ਹੈ। ਦੇਖੋ, ਸੱਚਾਈ ਆ ਜਿਹੜੀ ਉਹ ਮੈਂ ਕਹਿੰਦਾ ਵੀ ਦਬਣੀ ਨਹੀਂ ਚਾਹੀਦੀ, ਚਾਹੇ ਉਹ ਕਿਸੇ ਵੀ ਕੋਈ ਰਾਜਨੀਤਿਕ ਲੀਡਰ ਹੋਵੇ, ਚਾਹੇ ਕੋਈ ਵੀ ਹੋਵੇ, ਇਹ ਜਿਹੜੀ ਸੱਚਾਈ ਸਾਹਮਣੇ ਜ਼ਰੂਰ ਆਉਣੀ ਚਾਹੀਦੀ ਆ। ਅਤੇ ਬਾਕੀ ਹੁਣ ਅੱਗੇ ਹੁਣ ਜਿਹੜੀ ਆ ਮਾਨਯੋਗ ਕੋਰਟ ਨੇ ਜੋ ਆਰਡਰ ਕੀਤੇ ਨੇ, ਆਉਣ ਵਾਲੇ ਸਮੇਂ ਜਿਹੜੀ ਸੱਚਾਈ ਸਾਹਮਣੀ ਹੋ ਜੂਗੀ। ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਕਾਂਗਰਸ ਨੇਤਾ ਅਮਰਜੀਤ ਸਿੰਘ ਟਿੱਕਾ ਦਾ ਕਹਿਣਾ ਕਿ ਹੁਣ ਤਾਂ ਅਦਾਲਤ ਦੇ ਹੁਕਮ ਹਨ ਅਤੇ ਪੁਲਿਸ ਕਾਰਵਾਈ ਹੋਣੀ ਲਾਜ਼ਮੀ ਹੈ। ਵੀ ਜਿਹੜੀ ਗੁਰਦੀਪ ਕੌਰ ਹੈ, ਜਿਹੜੀ ਕਾਫੀ ਲੰਬੇ ਸਮੇਂ ਤੋਂ ਉੱਥੇ ਆਪਣੇ ਕਮਿਸ਼ਨਰ ਆਫਿਸ ਦੇ ਬਾਹਰ ਬੈਠੀ ਸੀ, ਉਹਦੀ ਜਿਹੜੀ ਸ਼ਿਕਾਇਤ ਸੀਗੀ ਉਹਨੂੰ ਮਾਣਯੋਗ ਅਦਾਲਤ ਨੇ ਸੁਣ ਲਿਆ ਕੱਲ੍ਹ ਅਤੇ ਆਰਡਰ ਵੀ ਪਾਸ ਕੀਤੇ ਆ। ਬੈਂਸ ਦੇ ਖਿਲਾਫ ਜਿਹੜਾ ਪਰਚਾ ਆ ਉਹਦੇ ਆਰਡਰ ਹੋਏ ਆ। ਸੋ ਮੈਂ ਦੇਖੋ, ਜਿੱਥੋਂ ਤੱਕ ਲੇਡੀ ਦਾ ਸਵਾਲ ਆ, ਵੀ ਮੈਂ ਨਹੀਂ ਸਮਝਦਾ ਵੀ ਕੋਈ ਲੇਡੀ ਇੰਨੇ ਵਿਸ਼ਵਾਸ ਦੇ ਨਾਲ ਵੀ MLA ਦੇ ਖਿਲਾਫ ਜਿਹੜੇ ਆਰੋਪ ਲਾਏ ਸੀਗੇ ਅਤੇ ਉਹ ਅੱਜ ਵੀ ਦ੍ਰਿੜਤਾ ਦੇ ਨਾਲ ਕਹਿ ਰਹੀ ਹੈ ਵੀ ਸੋ ਉਹਦੇ ਜਿਹੜੇ ਆਰੋਪ ਹੈ ਅੱਜ ਅਦਾਲਤ ਦੇ ਵਿੱਚ ਸੱਚ ਸਾਬਤ ਹੋਏ ਹੈ ਅਤੇ ਉਹ ਪਰਚਾ ਜਿਹੜਾ ਅਦਾਲਤ ਨੇ
ਪਰਚਾ ਹੋਊਗਾ। ਨਹੀਂ ਕਰਨੀ ਪੈਣੀ ਹੈ ਇਹ, ਕਿਉਂਕਿ ਇਹਦੇ ਵਿੱਚ ਦੋ ਕੋਈ ਜਿਹੜੀ ਰਾਹਤ ਜਿਹੜੀ ਹੈ ਨਾ, ਉਹ ਰਾਹਤ ਹੁਣ ਜਿਹੜੀ ਮਿਲ ਸਕਦੀ ਹੈ ਮਾਣਯੋਗ ਹਾਈ ਕੋਰਟ 'ਚੋਂ, ਇਹ ਥੱਲੋਂ ਰਾਹਤ ਇੱਕ ਵਾਰੀ ਪਰਚਾ ਰਜਿਸਟਰਡ ਹੋਊਗਾ, MLA ਸਾਹਿਬ ਨੂੰ ਪੇਸ਼ ਹੋਣਾ ਪੈਣਾ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਨੇ ਤਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਅਸਤੀਫਾ ਤੱਕ ਮੰਗ ਲਿਆ। ਉਸਦਾ ਕਹਿਣਾ ਹੈ ਕਿ ਪੁਲਿਸ ਨੂੰ ਬਿਨਾਂ ਦਬਾਅ ਦੇ ਕੰਮ ਕਰਨਾ ਚਾਹੀਦਾ ਹੈ ਅਤੇ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਿਹੜਾ ਬੈਂਸ ਨੂੰ ਅਸੀਂ ਇਹ ਕਹਿੰਦੇ ਹਾਂ, ਇਹ ਤਾੜਨਾ ਕਰਦੇ ਹਾਂ ਵੀ ਉਹ ਨੈਤਿਕਤਾ ਦੇ ਆਧਾਰ 'ਤੇ ਪਹਿਲਾਂ ਤਾਂ ਅਸਤੀਫਾ ਦੇਵੇ, ਅਤੇ ਜੇ ਕੋਰਟ ਉਹਨੂੰ ਇਸ ਕੇਸ 'ਚੋਂ ਬਰੀ ਕਰਦਾ ਤਾਂ ਆ ਕੇ ਇਲੈਕਸ਼ਨ ਲੜੇ, ਨਹੀਂ ਤਾਂ ਅਜਿਹੇ ਲੋਕ ਜਿਹੜੇ ਪੋਲੀਟੀਕਲ ਲੌਬੀ ਨੂੰ ਬਦਨਾਮ ਕਰ ਰਹੇ ਆ ਉਹਨਾਂ ਨੂੰ ਇਲੈਕਸ਼ਨਾਂ ਲੜਨ ਦਾ ਕੋਈ ਹੱਕ ਨਹੀਂ। ਅਤੇ ਮੈਂ ਜੇ ਅਜਿਹੇ ਲੋਕ ਇਲੈਕਸ਼ਨਾਂ ਲੜਦੇ ਵੀ ਆ ਤਾਂ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਜਿਹੇ ਲੋਕਾਂ ਨੂੰ ਕਦੇ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਵੋਟ ਨਾ ਪਾਓ, ਨਾ ਇਹਨਾਂ ਦਾ ਸਾਥ ਦਿਓ, ਕਿਉਂਕਿ ਅਜਿਹਾ ਇੱਕ ਜਿਹੜਾ ਗਲਿਆ ਸੇਬ ਹੁੰਦਾ ਉਹ ਸਾਰੇ ਜਿਹੜੇ ਟੋਕਰੀ ਦੇ ਵਿੱਚ ਸੇਬ ਪਏ ਹੁੰਦੇ ਉਹ ਸਭ ਨੂੰ ਗਾਲ ਦਿੰਦਾ, ਅਤੇ ਉਹਨਾਂ ਦੇ ਕਰਕੇ ਸਾਰੀ ਪੋਲੀਟੀਕਲ ਲੌਬੀ ਸ਼ੱਕ ਦੇ ਘੇਰੇ ਦੇ ਵਿੱਚ ਆਈ ਆ। ਅਤੇ ਬੜਾ ਇਹ ਨਿੰਦਣਯੋਗ ਕੰਮ ਜਿਹੜਾ ਇਹਨਾਂ ਨੇ ਕੀਤਾ। ਮੈਂ ਸਮਝਦਾ ਵੀ ਚਾਹੇ ਕੁਝ ਵੀ ਹੋਵੇ, ਮੈਂ ਕਹਿੰਦਾ ਵੀ ਇਨਵੈਸਟੀਗੇਸ਼ਨ ਵੀ ਕਰਾ ਲਓ, ਪਰ ਜੇ ਸੌ ਜੇ ਧੂੰਆਂ ਤਾਂ ਹੀ ਨਿਕਲਦਾ ਜੇ ਥੋੜ੍ਹੀ ਬਹੁਤ ਅੱਗ ਲੱਗੀ ਹੋਵੇ। ਪੰਜਾਬ ਦੇ ਛੋਟੇ ਮੋਟੇ ਮੁੱਦਿਆਂ 'ਤੇ ਲਾਈਵ ਹੋ ਜਾਂ ਮੀਡੀਆ ਸਾਹਮਣੇ ਆਪਣਾ ਪੱਖ ਰੱਖਣ ਵਾਲੇ ਸਿਮਰਜੀਤ ਸਿੰਘ ਬੈਂਸ ਅੱਜ ਸਾਹਮਣੇ ਨਹੀਂ ਆਏ। ਵਾਰ ਵਾਰ ਫੋਨ ਕਰਨ ਅਤੇ ਉਹਨਾਂ ਦਾ ਪੱਖ ਜਾਣਨ ਦਫ਼ਤਰ ਪਹੁੰਚੇ ਪੱਤਰਕਾਰਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਹੋ ਸਕਦੀ ਹੈ, ਪਰ ਦੇਰ ਸ਼ਾਮ ਲੋਕ ਇਨਸਾਫ਼ ਪਾਰਟੀ ਦੇ ਯੂਥ ਪ੍ਰਧਾਨ ਗਗਨਦੀਪ ਸਿੰਘ ਸੰਨੀ ਘੈਂਟ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ ਅਤੇ ਕਿਹਾ ਕਿ ਇਹ ਵਿਧਾਇਕ ਬੈਂਸ ਨੂੰ ਡੀਫੇਮ ਕਰਨ ਲਈ ਚਲਾਈਆਂ ਗਈਆਂ ਚਾਲਾਂ ਹਨ। ਪਹਿਲਾਂ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਉਹ ਹਿੱਕ ਦੇ ਜ਼ੋਰ 'ਤੇ ਲੜੀਆਂ ਜਾਂਦੀਆਂ ਸੀ, ਪਰ ਜਿਹੜੀਆਂ ਹੁਣ ਲੜੀਆਂ ਜਾਂਦੀਆਂ ਉਹ ਜਨਾਨੀਆਂ ਦੇ ਮੋਢਿਆਂ ਦੇ ਉੱਪਰ ਰੱਖ ਕੇ ਲੜੀਆਂ ਜਾਂਦੀਆਂ, ਜਿਨ੍ਹਾਂ ਨੇ ਚੂੜੀਆਂ ਪਾਈਆਂ। ਤੁਹਾਨੂੰ ਚੰਗੀ ਤਰ੍ਹਾਂ ਪਤਾ ਮੈਂ ਕਿਹਨਾਂ ਦੀ ਗੱਲ ਕਰਨਾ ਚਾਹੁੰਦਾ। ਪਿਛਲੇ ਕਈ ਮਹੀਨਿਆਂ ਤੋਂ ਇੱਕ ਚੱਲਿਆ ਹੋਇਆ ਕਾਰਤੂਸ, ਇੱਕ ਨਹੀਂ ਕਈ ਚੱਲੇ ਹੋਏ ਕਾਰਤੂਸ ਆ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਮੈਂ ਸਮਝਦਾ ਵੀ ਰਾਤ ਨੂੰ ਸੌਣ ਤੋਂ ਬਾਅਦ ਸੁਪਨਿਆਂ ਦੇ ਵਿੱਚ ਵੀ ਉਹਨਾਂ ਨੂੰ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਸ਼ਕਲ ਨਜ਼ਰ ਆਉਂਦੀ ਹੈ। ਉਹ ਸ਼ਕਲ ਕਿਉਂ ਨਜ਼ਰ ਆਉਂਦੀ ਹੈ? ਔਰ ਅੱਜ ਬੈਂਸ ਸਾਹਿਬ ਦੀ ਲੋਕਪ੍ਰਿਯਤਾ ਤੋਂ, ਬੈਂਸ ਸਾਹਿਬ ਦੇ ਲੋਕਾਂ ਦੇ ਵਿੱਚ ਪਿਆਰ ਔਰ ਲੋਕ ਇਨਸਾਫ਼ ਪਾਰਟੀ ਜਿਹੜੀ ਚੜ੍ਹਾਈ ਲੋਕਾਂ ਦੇ ਵਿੱਚ ਹੋ ਰਹੀ ਹੈ, ਦਿਨ ਬਰ ਦਿਨ ਲੋਕਪ੍ਰਿਯਤਾ ਦੇ ਵਿੱਚ ਵਾਧਾ ਹੋ ਰਿਹਾ, ਅੱਜ ਉਸ ਚੀਜ਼ ਤੋਂ ਘਬਰਾ ਕੇ ਕੁਝ ਚੱਲੇ ਹੋਏ ਕਾਰਤੂਸ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਦੇ ਵਿੱਚ ਨਕਾਰਤਾ, ਜਿਨ੍ਹਾਂ ਨੂੰ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਤੀਆਂ ਜਿਨ੍ਹਾਂ ਦੀਆਂ, ਔਰ ਜਿਹੜੇ ਲੋਕਾਂ ਨੇ ਇੱਕ ਇਹੋ ਜਿਹਾ ਖੌਤੀ ਲੀਡਰ ਜਿਹੜਾ ਆਪਦੇ ਆਪ ਨੂੰ ਵਕੀਲ ਵੀ ਬੜਾ ਸੀਨੀਅਰ ਮੋਸਟ ਵਕੀਲ ਦੱਸ ਰਿਹਾ ਆਪਦੇ ਆਪ ਨੂੰ, ਹਰੀਸ਼ ਰਾਏ ਢਾਂਡਾ, ਜਿਹਨੂੰ ਲੋਕਾਂ ਨੇ ਕੌਂਸਲਰ ਦੀ ਚੋਣਾਂ ਦੇ ਵੀ ਹਰਾ ਤਾ, ਔਰ ਅੱਜ ਉਹ ਸੁਪਨੇ ਦੇਖ ਰਿਹਾ ਕਿ ਮੈਂ ਅੱਜ ਚੂੜੀਆਂ ਦਾ ਸਹਾਰਾ ਲੈ ਕੇ, ਅੱਜ ਮੈਂ ਜਨਾਨੀਆਂ ਦੇ ਮੋਢਿਆਂ ਦਾ ਸਹਾਰਾ ਲੈ ਕੇ ਅੱਜ ਕਿਵੇਂ ਮੈਂ ਦੁਬਾਰਾ MLA ਬਣ ਸਕਦਾ। ਪਰ ਇਹ ਸੂਰਵੀਰ ਨਹੀਂ ਹੈ ਦੋਸਤ, ਇਹ ਕਾਇਰ ਆਦਮੀ ਜਿਹਨੇ ਜਨਾਨੀਆਂ ਦੇ ਮੋਢਿਆਂ ਦਾ ਸਹਾਰਾ ਲੈ ਕੇ ਔਰ ਆਪਣੇ ਹੱਥਾਂ 'ਚ ਚੂੜੀਆਂ ਪਾ ਕੇ ਅੱਜ ਜਿਹੜੀ ਲੜਾਈ ਬੈਂਸ ਸਾਹਿਬ ਦੇ ਖਿਲਾਫ ਜਿਹੜੀ ਇਹਨੇ ਜੋ ਇਹਨੇ ਅੱਜ ਤੱਕ ਕੀਤਾ, ਜੋ ਨਕਲੀ ਕੰਮ, ਜੋ ਉਹਨਾਂ ਦੇ ਖਿਲਾਫ ਨਕਲੀ ਸਬੂਤ, ਜੋ ਕੁਛ ਇਹ ਤੋਂ ਹੋ ਪਾਇਆ, ਜੋ ਇਹ ਕੁਛ ਕਰ ਸਕਦੇ ਸੀ, ਜੋ ਜਿੰਨਾ ਨਕਲੀ ਚੀਜ਼ਾਂ ਇਹ ਬਣਾ ਕੇ ਉਹਨਾਂ ਦੇ ਖਿਲਾਫ ਚਲਾ ਸਕਦੇ ਸੀ, ਇਹਨਾਂ ਨੇ ਆਪਦਾ ਪੂਰਾ ਜ਼ੋਰ ਆਪਦਾ ਪੂਰੀ ਵਾਹ ਲਾਈ। ਬਿਊਰੋ ਰਿਪੋਰਟ, ਦਸੰਬਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।